ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁਖ ਰੁਏ ਆਤਮਾ RAM ਨਾ ਪੂਜਨੀ ਦੁਜੈ ਕਿਉ ਸੁਖ ਹੋਏ ਹਮੈ ਅੰਤਰ ਮੈਲ ਹੈ ਸ਼ਬਦ ਨਾ ਕਾੜੈ ਧੋਏ ਨਾਨਕੋ ਬਿਨ ਨਾਵੇ ਮੈਲਿਆ ਮੁਏ ਜਨਮ ਪਦਾਰਥ ਖੋਏ ਹਉ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਧੋਏ ਨਾਨਕ ਬਿਨ ਨਾਵੇ ਮੈਲਿਆ ਮੁਏ ਜਨਮ ਪਦਾਰਥ ਖੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਤਿਸ ਲੜੀ ਦੇ ਤਹਿਤ ਅੱਜ ਆਪਾਂ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜੋ ਸ਼ਲੋਕ ਨੇ ਉਹਨਾਂ ਸ਼ਲੋਕਾਂ ਵਿੱਚੋਂ 20 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨੰਗ 1400 14 ਦੇ ਉੱਪਰ ਸੁਭਾਈ ਮਾਨ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਮੈਲ ਦੀ ਗੱਲ ਕਰ ਰਹੇ ਨੇ ਮੈਲ ਕੱਪੜੇ ਨੂੰ ਲੱਗੀ ਹੋਵੇ ਤੇ ਉਹ ਕਪੜਾ ਗੱਲ ਪਾਉਣ ਨੂੰ ਦਿਲ ਨਹੀਂ ਕਰਦਾ ਮੈਲ ਬਰਤਨ ਵਿੱਚ ਹੋਵੇ ਮੈਲੇ ਬਰਤਨ ਵਿੱਚ ਖਾਣਾ ਖਾਣ ਨੂੰ ਦਿਲ ਨਹੀਂ ਕਰਦਾ ਮੈੜਾ ਘਰ ਹੋਵੇ ਉਸ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਜਾਨੀ ਕਿ ਸਫਾਈ ਬਹੁਤ ਜ਼ਰੂਰੀ ਹੈ ਹੁਣ ਫਰਕ ਇਹ ਹੈ ਜਿਹੜੀ ਮੈਲ ਤੁਹਾਨੂੰ ਲੱਗੀ ਹੈ ਉਹ ਤਾਂ ਪਾਣੀ ਨਾਲ ਲੈ ਜਾਏਗੀ ਤੇ ਦਿਸਦੀ ਵੀ ਹੈ ਕਪੜੇ ਨੂੰ ਲੱਗੀ ਮੈਲ ਪਾਣੀ ਨਾਲ ਸਾਬਣ ਨਾਲ ਲੈ ਸਕਦੀ ਹੈ ਪਰ ਜਿਹੜੀ ਮੈਲ ਮਨੁੱਖੀ ਮਨ ਨੂੰ ਲੱਗੀ ਹੈ ਇਥੇ ਪਾਣੀ ਤੇ ਸਾਬਣ ਕੰਮ ਨਹੀਂ ਕਰਦਾ ਆਪਾਂ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਆਂ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਜੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇਂ ਕਰਾਂ ਜਿਹੜੀ ਮਤ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ ਇਹ ਮੈਲ ਪਾਣੀ ਨਾਲ ਨਹੀਂ ਸਾਫ਼ ਹੋ ਸਕਦੀ ਸਤਗੁਰ ਜੀ ਨੇ ਬਹੁਤ ਪਿਆਰੇ ਸ਼ਬਦਾਂ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ ਮਨਮੁਖ ਨਾਮ ਨਾ ਚਿਤਨੀ ਇਸ ਤੋਂ ਪਹਿਲੇ ਸ਼ਲੋਕ ਵਿੱਚ ਜਿਹੜਾ 19 ਨੰਬਰ ਸ਼ਲੋਕ ਹੈ ਉਸ ਵਿੱਚ ਵੀ ਆਪਾਂ ਮਨਮੁਖ ਦੀ ਗੱਲ ਕਰ ਰਹੇ ਹਾਂ ਜਿਵੇਂ ਗੁਰੂ ਅਮਰਦਾਸ ਜੀ ਨੇ ਉਹ ਸ਼ਲੋਕ ਵਿੱਚ ਵਿਚਾਰ ਦਿੱਤੇ ਸਨ ਵੀ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਿਤਰਾਇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜਿਹੜੀ ਮਤ ਹੈ ਉਹ ਸਦਾ ਪੜਕਦੀ ਰਹਿੰਦੀ ਹੈ ਤੇ ਚਲਾਕੀਆਂ ਭਰਿਆ ਜੀਵਨ ਜੀਵਨ ਨੂੰ ਸੁખી ਨਹੀਂ ਕਰਦਾ ਸਗੋਂ ਜੀਵਨ ਨੂੰ ਦੁਖੀ ਕਰਦਾ ਹੈ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚੋਂ ਗੁਣ ਜਾਂਦੇ ਨੇ ਇੰਜ ਲੱਗਦਾ ਜਿਵੇਂ ਜਵਾਨੀ ਚਲੀ ਗਈ ਤੇ ਬੁਢੇਪਾ ਆ ਗਿਆ ਪਾਸ਼ਾ ਜੀ ਨੇ ਇੱਥੇ ਜਿਹੜੀ ਗੱਲ ਕਹੀ ਹੈ ਨਾ ਮਨਮੁਖ ਨਾਮਨਚਿਤ ਨਹੀਂ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਾਮ ਨੂੰ ਚੇਤੇ ਨਹੀਂ ਕਰਦਾ ਪਾਵਨਾ ਗੁਣਾ ਮੁਤਾਬਕ ਜੀਵਨ ਨਹੀਂ ਜਿਉਂਦਾ ਬਿਨ ਨਾਮੈ ਦੁਖ ਰੋਇ ਬਿਨਾ ਨਾਮ ਤੋਂ ਦੁਖੀ ਹੋ ਕੇ ਸਾਰ ਜੀ ਰੋਂਦਾ ਰਹਿੰਦਾ ਸਤਿਗੁਰ ਦੀ ਬਾਣੀ ਦਾ ਪਾਠ ਕਰੀਏ ਤਾਂ ਗੁਰਦੇਵ ਬਹੁਤ ਪਿਆਰੇ ਸ਼ਬਦਾਂ ਵਿੱਚ ਸਮਝਾਉਂਦੇ ਨੇ ਹਰ ਕੇ ਨਾਮ ਬਿਨਾਂ ਦੁਖ ਪਾਵੇ ਭਗਤ ਬਿਨਾਂ ਸੰਸਾਰ ਨਹੀਂ ਚੁੱਕੇ ਗੁਰ ਇਹ ਭੇਦ ਪਤਾਵੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾਮਿਨ ਉਸ ਰੱਬੀ ਹੁਕਮ ਤੋਂ ਬਿਨਾਂ ਪਰਮੇਸ਼ਰ ਦੇ दैवी ਗੁਣਾ ਤੋਂ ਬਿਨਾ ਮਨੁੱਖ ਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸੰਸਾਰ ਨਹੀਂ ਚੁੱਕੇ ਗੁਰ ਇਹ ਭੇਦ ਬਤਾਵੇ ਇਹ ਭੇਦ ਦੀ ਗੱਲ ਗੁਰੂ ਤੋਂ ਬਿਨਾ ਕੋ ਦੂਜਾ ਨਹੀਂ ਦੱਸ ਸਕਦਾ ਆਸਾ ਕੀ ਵਾਰ ਬਾਣੀ ਦਾ ਜਦੋਂ ਪਾਠ ਕਰੀਦਾ ਹੈ ਪਹਿਲੀ ਪੌੜੀ ਦੇ ਨਾਲ ਜਿਹੜੇ ਸ਼ਲੋਕ ਆਏ ਨੇ ਉਹਨਾਂ ਸ਼ਲੋਕਾਂ ਵਿੱਚ ਗੁਰੂ ਜੀ ਹਜ਼ੂਰ ਫਰਮਾਉਂਦੇ ਨੇ ਨਾਨਕ ਗੁਰੂ ਨਾ ਚੇਤਨੀ ਇਹਨਾਂ ਨੇ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ ਮਨ ਆਪਣੇ ਸੁਚੇਤ ਆਪਣੇ ਮਨ ਵਿੱਚ ਹੀ ਸਿਆਣੇ ਬਣ ਕੇ ਬੈਠੇ ਹੋਏ ਨੇ ਇੱਥੇ ਕਹਿੰਦੇ ਨੇ ਮਨਮੁਖ ਨਾਮਨਾ ਚੇਤਨ ਨਹੀਂ ਮਨ ਦੇ ਪਿਛੇ ਤੁਰਨ ਵਾਲਾ ਮਨੁਖ ਨਾਮ ਨੂੰ ਚੇਤੇ ਨਹੀਂ ਕਰਦਾ ਤੇ ਉਹਦਾ ਨਤੀਜਾ ਕੀ ਨਿਕਲਦਾ ਹੈ ਬਿਨ ਨਾਮ ਹੈ ਦੁੱਖ ਰੋਏ ਬਿਨਾ ਨਾਮ ਤੋਂ ਦੁੱਖਾਂ ਨਾਲ ਜੀਵਨ ਭਰ ਜਾਂਦਾ ਹੈ ਤੇ ਸਾਰ ਜਿੰਦਗੀ ਰੋਂਦੇ ਹੀ ਨਿਕਲ ਜਾਂਦੀ ਹੈ ਇਹਦਾ ਅਰਥ ਹੈ ਮਨੁਖ ਜੀਵਨ ਸੁਖੀ ਹੋਣਾ ਚਾਹੁੰਦਾ ਹੈ ਪਰ ਜਿਹੜੇ ਨੁਕਤੇ ਗੁਰੂ ਸਾਹਿਬ ਜੀ ਨੇ ਸਮਝਾਏ ਨੇ ਉਹਨਾਂ ਨੁਕਤਿਆਂ ਨੂੰ ਸਮਝਣ ਨੂੰ ਤਿਆਰ ਨਹੀਂ ਜੈਂ ਜਿਹ ਕਹਿ ਲਈਏ ਜਿਹੜੇ ਕਮਾਂ ਰਾਹੀਂ ਸੁੱਖ ਮਿਲਣਾ ਹੈ ਉਹ ਕੰਮ ਕਰਨ ਨੂੰ ਮਨੁੱਖ ਆਪਣੀ ਜ਼ਿੰਦਗੀ ਵਿੱਚ ਤਿਆਰ ਨਹੀਂ ਪਰ ਚਾਹਦਾ ਸੁੱਖ ਹੈ ਜਿਵੇਂ ਯਤਨ ਬਹੁਤ ਸੁੱਖ ਕੇ ਕੀਏ ਦੁੱਖੋ ਕੀਓ ਨਾ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਲੈ ਕੇ ਸਵੇਰ ਤੱਕ ਇੱਕ ਦਿਹਾੜੀਦਾਰ ਤੋਂ ਲੈ ਕੇ ਬਹੁਤ ਵੱਡੇ ਵਪਾਰੀ ਤੱਕ ਹਰ ਮਨੁੱਖ ਦਾ ਕਦਮ ਇੱਕ ਇੱਕ ਪੁੱਟਿਆ ਹੋਇਆ ਕਦਮ ਉਹਦੇ ਸੁੱਖਾਂ ਲਈ ਹੈ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਜੋ ਵੀ ਕੰਮ ਕਰਦਾ ਉਹਦੇ ਪਿੱਛੇ ਉਹਦਾ ਇੱਕੋ ਹੀ ਨਿਸ਼ਾਨਾ ਹੈ ਇਹ ਚੋਂ ਮੈਨੂੰ ਸੁੱਖ ਮਿਲੇ ਵਕਾਰੀ ਵਕਾਰ ਭੋਗਦਾ ਹੈ ਜਵਾਰੀ ਜੂਆ ਖੇਡਦਾ ਹੈ ਮਨੁੱਖ ਰਿਸ਼ਵਤ ਲੈਂਦਾ ਹੈ ਕਰਦਾ ਤੇ ਸੁੱਖ ਲਈ ਹੈ ਨਾ ਵੀ ਇਹਦਾ ਪੈਸੇ ਮਿਲਣਗੇ ਮੈਂ ਆਪਣੇ ਬੱਚੇ ਨੂੰ ਸੁੱਖ ਦੇਵਾਂਗਾ ਜਵਾਰੀਆ ਜੂਆ ਖੇਡਦਾ ਹੈ ਚਾਰ ਪੈਸੇ ਹੋਣਗੇ ਮੈਂ ਆ ਕਰਾਂਗਾ ਆ ਕਰਾਂਗਾ ਹਰ ਬੰਦਾ ਸੁੱਖ ਲਈ ਕਰਦਾ ਹੈ ਹਜ਼ੂਰ ਫਰਮਾਉਂਦੇ ਨੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਦੁਖ ਲਈ ਤਾਂ ਇੱਕ ਵੀ ਜਤਨ ਨਹੀਂ ਕੀਤਾ ਜਿੰਨੇ ਜਤਨ ਕੀਤੇ ਸੁਖ ਲਈ ਕੀਤੇ ਹੁਣ ਸਵਾਲ ਪੈਦਾ ਹੋ ਗਿਆ ਜੇ ਇੱਕ ਵੀ ਜਤਨ ਦੁਖ ਲਈ ਨਹੀਂ ਕੀਤਾ ਕੀਤੇ ਸੁਖ ਲਈ ਦੁੱਖ ਆਏ ਕਿਥੋਂ ਬਸ ਆਪ ਲਿਖਾਏ ਜਿਹੜੇ ਕੰਮਾਂ ਨੂੰ ਅਸੀਂ ਸੁਖ ਸਮਝ ਕੇ ਬਿਠੀਏ ਨਾ ਵੀ ਇਹਨਾਂ ਕੰਮਾਂ ਚੋਂ ਮੈਨੂੰ ਸੁਖ ਮਿਲਣਾ ਹੈ ਵਾਸਤਵ ਚ ਉਹ ਚੋਂ ਮਿਲਨੇ ਦੁਖ ਸੀ ਤੇ ਵੇ ਵੇਰਨ ਤੋਡ ਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ ਬਿਨਾ ਨਾਮ ਤੋ ਹੋਰ ਚੀਜ ਮੰਗਣੀ ਦੁਖੀ ਤੇ ਮੰਗਣਾ ਹੈ ਤੇ ਅਸੀਂ ਨਾਮ ਕਿੱਥੇ ਮੰਗ ਰਹੇ ਕਿੰਨੇ ਲੋਕ ਆ ਜਿਹੜੇ ਕਿਦ ਨੇ ਹੇ ਸੱਚਾ ਪਾਤਸ਼ਾਹ ਮੇਰਾ ਜੀਵਨ ਗੁਨਾ ਨਾਲ ਭਰ ਜਾਏ ਮੈਂ ਚੰਗੇ ਕੰਮ ਕਰਾਂ ਇਸ ਦਾ ਮਨੁੱਖ ਪੁੱਠੇ ਕੰਮ ਕਰਨ ਦੀਆਂ ਅਰਦਾਸਾਂ ਇਹ ਕਰਦਾ ਵੀ ਪੁੱਠੇ ਕੰਮ ਕਰਦਾ ਰਵਾਂ ਪਰ ਪਤਾ ਨਾ ਲੱਗੇ ਕਿਸੇ ਨੂੰ ਰਿਸ਼ਵਤ ਲੈ ਜਾਂਦਾ ਰਵਾਂ ਪਰ ਪਤਾ ਨਾ ਲੱਗੇ ਫੜਿਆ ਨਾ ਜਾਵਾਂ ਬੇਈਮਾਨੀ ਕਰਾਂ ਪਰ ਬੇਈਮਾਨੀ ਕਰਦਾ ਫੜਿਆ ਨਾ ਜਾਵਾਂ ਇਹ ਨਹੀਂ ਕਹਿੰਦਾ ਕਿ ਮੈਨੂੰ ਸੁਟਜੀ ਮਤ ਆਜੇ ਮੈਂ ਬੇਈਮਾਨੀ ਕਰਨੀ ਬੰਦ ਕਰ ਦੇਆ ਮੈਂ ਨਸ਼ਾ ਵੀ ਇਤਿਹਾਕ ਰਵਾਂ ਅਰਦਾਸ ਕਰਦਾ ਇਹ ਨਹੀਂ ਕਹਿੰਦਾ ਵੀ ਨਸ਼ਾ ਛੱਡ ਕੇ ਮੈਂ ਕੋ ਹੋਰ ਚੰਗਾ ਕੰਮ ਕਰ ਲਵਾਂ ਯਤਨ ਕਰਦਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖਿ ਯਾ ਉਤਰਾਇ ਮਨ ਕੀ ਪੋਖੇ ਪੋਕੀਤਾ ਦੁਖ ਹੈ ਜਦੋਂ ਪੋਖ ਦੀ ਗੱਲ ਕੀਤੀ ਹੈ ਵੀ ਦੁੱਖਾਂ ਚ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਾ ਤਨਤਾਏ ਵੈਦਨਾ ਪੋਲੇ ਦਾਰੂ ਲਾਏ ਪੋਖ ਨੂੰ ਵੀ ਬਾਣੀ ਚ ਦੁਖ ਦੱਸੇ ਭਾਵੇਂ ਰੋਟੀ ਦੀ ਪੋਖ ਹੈ ਭਾਵੇਂ ਜਿਸਮ ਦੀ ਪੋਖ ਹੈ ਭਾਵੇਂ ਚੌਦਰ ਦੀ ਪੋਖ ਹੈ ਮਾਨ ਸਨਮਾਨ ਦੀ ਪੋਖ ਹੈ ਪੋਖ ਲਿਖਣ ਲੱਗੋਗੇ ਤੇ ਤੁਹਾਨੂੰ ਕਈ ਕਿਸਮਾਂ ਦੀ ਪੋਖ ਨਜ਼ਰ ਆਏਗੀ ਬੁਖ ਦੇ ਕਈ ਰੂਪ ਨੇ ਤੋਂ ਇਸੇ ਕਹਿੰਦੇ ਮਨਮੁਖ ਨਾਮ ਨਾ ਚੇਤਨੀ ਮਨ ਦੇ ਪਿਛੇ ਤੁਰਨ ਵਾਲਾ ਨਾਮ ਨੂੰ ਚੇਤਨੀ ਕਰਦਾ ਬਿਨ ਨਾਮੈ ਬਿਨਾ ਨਾਮ ਤੋਂ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਦੁਖ ਰੋਏ ਰੋਂਦਿਆਂ ਲੰਘ ਜਾਂਦੀ ਏ ਆਤਮਾ ਰਾਮ ਆਤਮਾ ਰਾਮ ਉਸਰ ਵਿਆਪਕ ਪ੍ਰਮਾਤਮਾ ਨਾ ਪੂਜਨੀ ਉਹਦੀ ਪੂਜਾ ਨਹੀਂ ਕਰਦਾ ਬਸ ਆ ਫਰਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਮੇਸ਼ਰ ਦੀ ਪੂਜਾ ਕਰਨ ਦਾ ਪਤਾ ਕੀ ਤਰੀਕਾ ਦੱਸਿਆ ਉਹਦੀ ਪੂਜਾ ਹੋਰ ਇਹ ਪੂਜਾ ਵਿੱਚ ਸ਼ਾਮਲ ਹੋਣਾ ਹੈ ਜਿਵੇਂ ਬਿਪਰਾਂ ਦਾ ਸੀ ਆਓ ਆਪਾਂ ਭਗਵਾਨ ਦੀ ਆਰਤੀ ਕਰੀਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਸ ਤੇਰੇ ਤੇ ਮੇਰੇ ਤੇ ਇੱਕ ਫਰਕ ਹੈ ਤੂੰ ਆ ਕਹਿਣਾ ਆਰਤੀ ਕਰੀਏ ਅਸੀਂ ਕਹਿੰਦੇ ਹੋਰ ਇਹ ਆਰਤੀ ਵਿੱਚ ਸ਼ਾਮਲ ਹੋਣਾ ਹੈ ਤੂੰ ਕਹਿੰਦਾ ਆਓ ਪੂਜਾ ਕਰੀਏ ਅਸੀਂ ਕਹਿੰਦੇ ਨਹੀਂ ਜਿਹੜੀ ਤੂੰ ਪੂਜਾ ਦੱਸਦਾ ਉਹਦੇ ਲਈ ਸਮਾਂ ਕੱਢਣਾ ਪੈਣਾ ਵਕਤ ਕੱਢਣਾ ਪੈਣਾ ਹੈ ਉਹਦੇ ਲਈ ਪੈਸੇ ਲੱਗਣੇ ਨੇ ਫਿਰ ਉਹ ਜਿਹੜੀ ਪੂਜਾ ਤੂੰ ਦੱਸਦਾ ਉਹ ਵੇਲਾ ਬੰਦਾ ਕਰ ਸਕਦਾ ਜਾਂ ਵੇਲੇ ਬਹਿ ਕੇ ਕੀਤੀ ਜਾ ਸਕਦੀ ਹੈ ਪਰ ਜਿਹੜੀ ਪੂਜਾ ਅਸੀਂ ਦੱਸ ਰਹੇ ਹਾਂ ਇਹ ਪੂਜਾ ਕਿਰਤਕਾਰ ਕੰਮਕਾਰ ਕਰਦੇ ਆ ਵੀ ਹੋ ਸਕਦੀ ਹੈ ਤੇਰਾ ਨਾਮ ਕਰੀ ਚੰਨਾਠੀਆ ਪਰਮੇਸ਼ਰ ਦੇ ਨਾਮ ਨੂੰ ਚੰਦਨ ਦੀ ਲੱਕੜ ਬਣਾ ਲਿਆ ਚੰਦਰ ਮਹੰਗਾ ਹੁਣ ਚੰਦਰ ਮਹੰਗਾ ਹੈ ਜੇ ਪੂਜਾ ਚੰਦਨ ਨਾਲ ਹੀ ਹੁੰਦੀ ਹੋਵੇ ਤੇ ਦਿਹਾੜੀਦਾਰ ਰਿਕਸ਼ਾ ਚਲਾਉਣ ਵਾਲਾ ਜਿਹੜਾ ਜਨ ਸਧਾਰਨ ਬੰਦਾ ਉਹ ਤੇ ਕਦੀ ਪੂਜਾ ਕਰ ਹੀ ਨਹੀਂ ਸਕਦਾ ਜੇ ਚੰਦਨ ਨਾਲ ਹੀ ਪੂਜਾ ਹੁੰਦੀ ਹੋਵੇ ਉਹ ਕੀ ਚੰਦਰ ਮਹੰਗਾ ਪਰ ਪਰਮੇਸ਼ਰ ਦਾ ਨਾਮ ਚੰਦਨ ਹਰ ਇੱਕ ਦੇ ਕੋਲ ਹੈਗਾ ਤੇਰਾ ਨਾਮ ਕਰੀ ਚੰਨਾਠੀ ਹੈ ਜੇ ਮਨ ursa ਹੋਏ ਮਨ ਨੂੰ ਪੱਤਰ ਬਣਾ ਲਈਏ ਜੇ ਤੇ ਉਹ ਚੰਦਨ ਲਗੜਿਆ ਜਾਂਦਾ ਕਰਣੀ ਕੁੰਗੂ ਜੇਰਲੇ ਕਰਣੀ ਕਰਦਾਰ ਕੈਰੇਕਟਰ ਇਹ ਕੇਸਰ ਬਣ ਜਾਏ ਫਿਰ ਮਾਰ ਕੇ ਘਟਾਂ ਅੰਤਰ ਪੂਜਾ ਹੋਏ ਪੂਜਾ ਘਟ ਵਿੱਚ ਹੀ ਹੋਏਗੀ ਹਿਰਦੇ ਚ ਆਪਣੇ ਆਪ ਹੀ ਪੂਜਾ ਹੋਈ ਜਾਏਗੀ ਬਖਾਵਾ ਕਰਨ ਦੀ ਬਾਹਰ ਟੱਲੀਆਂ ਖੜਕਾਉਣ ਦੀ ਲੋੜ ਨਹੀਂ ਪਵੇਗੀ ਪੂਜਾ ਕੀਚੇ ਨਾਮ ਤੇ ਹੈ ਇਹ ਆਉ ਪੂਜਾ ਕਰੀਏ ਭਾਈ ਨਾਮ ਤੇ ਆਈਏ ਅਗਿਨੇ ਕਾਲ ਨਾਮ ਦੀ ਮੇਰੇ ਨਾਮ ਹੈ ਪੂਜਣਾ ਹੋਏ ਮੇਰਾ ਨਾਮ ਤੋਂ ਪੂਜਾ ਹੋ ਨਹੀਂ ਸਕਦੀ ਬਾਹਰ ਦੇਵ ਪਖਾਲੀਏ ਜਿਵੇਂ ਇੱਕ ਮੰਦਰ ਦਾ ਪੁਜਾਰੀ ਬਾਹਰੋ ਮੂਰਤੀ ਨੂੰ ਪਾਣੀ ਨਾਲ ਬਹੁਤ ਪਿਆਰ ਨਾਲ ਧੋਂਦਾ ਹੈ ਜੇ ਮੰਨਤ ਹੋਵੇ ਕੋਈ ਜੇ ਇਦਾਂ ਹੀ ਸਤਗੁਰ ਦੀ ਬਾਣੀ ਨਾਲ ਆਪਣਾ ਮੰਨਤ ਹੋਤਾ ਜਾਏ ਬਾਹਰ ਦੇਵ ਪਖਾਲੀਏ ਜੇ ਮੰਨਤ ਹੋਵੇ ਕੋਈ ਹੋਰ ਸੌਖਾ ਸਮਝ ਲਈਏ ਆਪਣੇ ਤਾਨੂੰ ਮੈਲ ਲੱਗੀ ਹੋਵੇ ਆਪਾਂ ਪਾਣੀ ਨਾਲ ਧੋਨੇ ਆ ਜਿੱਦਾਂ ਸਤਿਗੁਰੂ ਜੀ ਕਹਿੰਦੇ ਤਨ ਦੀ ਮੈਲ ਬੜੇ ਪਿਆਰ ਨਾਲ ਪਾਣੀ ਨਾਲ ਲਾਉਣਾ ਇਦਾਂ ਹੀ ਮਨ ਦੀ ਮੈਲ ਸਤਿਗੁਰ ਦੀ ਬਾਣੀ ਨਾਲ ਲਾ ਹੁਣ ਸਵਾਰ ਪੈਦਾ ਹੋ ਗਿਆ ਜਿਹੜੀ ਤਾਨੂੰ ਮੈਲ ਲੱਗੀ ਹੈ ਇਹ ਤਾਂ ਬਾਹਰੋਂ ਦਿਸਦੀ ਆਪਾਂ ਨੂੰ ਜਿਹੜੀ ਤਾਨੂੰ ਲੱਗੀ ਮੈਲ ਹੈ ਇਹ ਤਾਂ ਬਾਹਰੋਂ ਦਿਸਦੀ ਹੈ ਮਿੱਟੀ ਹੈ ਘੱਟਾ ਕਿ ਨਹੀਂ ਡਸਟ ਪੋਲੂਸ਼ਨ ਹੈ ਕਿਨਾ ਪਤਾ ਲੱਗਦਾ ਆਪਾਂ ਨੂੰ ਜਿਹੜੇ ਬੰਦੇ ਦੇ ਅੰਦਰ ਲੱਗੀ ਮੈਲ ਇਹ ਕਾਦੀ ਹੈ ਇਸ ਮੈਲ ਨੂੰ ਸਤਗੁਰ ਨੇ ਬਾਣੀ ਚ ਆਖਿਆ ਇਹ ਮੈਲ ਪਤਾ ਕਾਦੀ ਹੈ ਹਉਮੈ ਦੀ ਮੈਲ ਕਿਰਿਆਚਾਰ ਕਰੇ ਖਟ ਕਰਮ ਇਤਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੇ ਹਉਮੈ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲਿਓ ਕਿਰਪਾ ਤਾਰੀ ਕੋਟ ਮੱਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਹਾਰੀ ਅੰਤਰ ਮੈਲ ਨਾ ਉਤਰੇ ਹੋਂ ਮੈਂ ਅੰਦਰ ਮੈਲ ਕਾਦੀ ਹੋਂ ਮੇ ਦੀ ਹੋਂ ਮੈਂ ਇਹ ਮੈਲ ਹੈ ਇਹ ਹੋਂ ਮੇ ਦੀ ਮੈਲ ਬੰਦੇ ਨੂੰ ਅੱਗੇ ਨਹੀਂ ਵਧਣ ਦੇਦੀ ਭਲੇਆ ਜੇ ਤੂੰ ਕਪੜੇ ਸਾਫ ਸੁਥਰੇ ਪੋਣੇ ਚਾਹਨਾ ਐ ਸਾਫ ਸੁਥਰੀ ਬੈੱਡ ਸੀਟ ਤੇ ਸੋਣਾ ਚਾਹਨਾ ਗੱਡੀ ਸਾਫ ਸੁਥਰੀ ਚਾਹਨਾ ਜੇ ਤੂੰ ਸਫ਼ਰ ਕਰੇ ਕਾਰ ਸਾਫ ਸੁਥਰਾ ਚਾਹਨਾ ਇਧਰ ਵੀ ਥੋੜਾ ਜਿਹਾ ਧਿਆਨ ਦੇ ਲਾ ਇੱਕਦਾਂ ਹਾਂ ਇੱਕ ਚੀਜ਼ ਹੋਰ ਧਿਆਨ ਰੱਖਿਓ ਗੱਡੀ ਕੋਈ ਹੋਰ ਗੰਦੀ ਕਰੇਗਾ ਸਾਫ਼ ਕੋਈ ਹੋਰ ਕਰੇਗਾ ਖਾਣਾ ਕੋਈ ਹੋਰ ਗੰਦਾ ਖਾ ਕੇ ਪਲੇਟ ਗੰਦੀ ਕਰੇਗਾ ਸਾਫ਼ ਕੋਈ ਦੂਜਾ ਕਰ ਦੇਗਾ ਕੱਪੜੇ ਕਿਸੇ ਹੋਰ ਨੇ ਗੰਦੇ ਕੀਤੇ ਸਾਫ਼ ਕੋਈ ਦੂਜਾ ਕਰ ਦੇਗਾ ਇੱਥੇ ਮੈਲ ਵੀ ਤੂੰ ਆਪ ਅੰਦਰ ਪਾਈ ਏ ਤੇ ਸਾਫ਼ ਵੀ ਤੈਨੂੰ ਆਪ ਕਰਨੀ ਪੈਣੀ ਇੱਥੇ ਤੇਰੀ ਕੋਈ ਦੂਜਾ ਹੈਲਪ ਨਹੀਂ ਕਰ ਸਕਦਾ ਜੇ ਇਦਾਂ ਹੁੰਦੀ ਹੋਵੇ ਤੇ ਫਿਰ ਤੇ ਇੱਕ ਦੂਜੇ ਦੀ ਆਪਾਂ ਮੈਲ ਉਤਾਰਦੀ ਹਾਂ ਨਹੀਂ ਹੋ ਸਕਦੀ ਹਰ ਇੱਕ ਨੂੰ ਆਪਣੇ ਅੰਦਰ ਦੀ ਮੈਲ ਆਪ ਉਤਾਰਨੀ ਪਵੇ ਕਿਉਂਕਿ ਮਨ ਸਾਡਾ ਆਪਣਾ ਹੈ। ਤਾਂ ਹੀ ਤੁਸੀਂ ਕਹਿੰਦਾ ਸਭ ਕੁਝ ਚੇਂਜ ਕਰ ਸਕਦੇ ਹੋ। ਇੱਕੋ ਹੀ ਹੈ ਜਿਹੜਾ ਇਨਸਾਨ ਦਾ ਮਨ ਹੈ, ਸੁਭਾਅ ਹੈ ਜਿਹੜਾ ਅਸੀਂ ਇੱਕ ਦੂਜੇ ਦਾ ਚੇਂਜ ਨਹੀਂ ਕਰ ਸਕਦੇ। ਹਾਂ ਕਰ ਸਕਦਾ ਹੈ ਬੰਦਾ ਆਪ ਚਾਹੇ ਤਾਂ ਆਪਣੇ ਆਪ ਨੂੰ ਬਦਲ ਸਕਦਾ ਪਰ ਦੂਜਾ ਨਹੀਂ ਬਦਲ ਸਕਦਾ। ਸੁਝਾਅ ਦੇ ਸਕਦੇ ਹੋ। ਉਹਨੂੰ ਬਾਹਰਲੀ ਨੌਲੇਜ ਦੇ ਸਕਦੇ ਹੋ। ਪਰ ਜੇ ਤੁਸੀਂ ਕੋਈ ਇਸ ਰਸਤੇ ਤੁਰ ਪਾ ਇਹ ਉਹਦੀ ਮਰਜ਼ੀ ਆਪਣੇ ਕਈ ਵਿਚਾਰੇ ਭੋਲੇ ਕਹਿਣਗੇ ਇਹਨੂੰ ਸਮਝਾਓ ਜੀ ਕੋਈ ਕੌਣ ਸਮਝਾ ਸਕਦਾ ਬਈ ਆ ਲੜਕੇ ਲੜਕੀਆਂ ਜਿਹੜਾ ਆਨੰਦ ਕਾਰਜ ਹੁੰਦਾ ਉਹਦੋਂ ਵੀ ਕਹਿਣਗੇ ਹੁਣ ਭਾਈ ਸਾਹਿਬ ਜੀ ਸਿੱਖਿਆ ਦੇਣਗੇ ਜੀ ਹੁਣ 20 25 ਸਾਲ ਦਾ ਬੱਚਾ ਹੋ ਗਿਆ 25 30 ਸਾਲ ਦਾ ਤੁਸੀਂ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰ ਰਹੇ ਹੋ ਹੁਣ ਜੋ 20 25 30 ਸਾਲ ਉਹਨਾਂ ਬੱਚਿਆਂ ਨੇ ਸਿੱਖਿਆ ਹੈ ਨਾ ਹੁਣ ਤਾਂ ਇਗਜ਼ਾਮ ਹੈ ਉਹਨਾਂ ਦਾ ਅੱਧੇ ਪੌਣੇ ਘੰਟੇ 'ਚ ਗਰੰਥੀ ਵਿਚਾਰਾ ਕੀ ਸਿਖਾ ਦੂ ਉਹਨਾਂ ਨੂੰ ਉਹ ਤਾਂ ਜੋ ਲੜਕੀ ਨੇ ਪੇਕੇ ਘਰ ਸਿੱਖਿਆ ਜੋ ਲੜਕੇ ਨੇ ਆਪਣੇ ਮਾਪੇ ਬ ਕੋਲ ਸਿੱਖਿਆ ਹੁਣ ਤਾਂ ਇਗਜ਼ਾਮ ਹੈ ਹਣ ਮਾਲੋ ਗ੍ਰੰਥੀ ਉਸ 스테ਜ ਤੇ ਤਾਬਿਆ ਬਿਠਾ ਬੋਲੀ ਜਾਵੇ ਵੇਖੋ ਜੀ ਲੜਕੀ ਨੂੰ ਸਹੁਰੇ ਘਰ ਜਾ ਕੇ ਆਪਣੇ ਮਾਪੇ ਦਾ ਸਤਿਕਾਰ ਕਰਨਾ ਸਹੁਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਲੜਕੀ ਆਪਣੀ ਮਾਂ ਵਾਲਾਂ ਦੇਖੂਗੀ ਵੀ ਮੇਰੀ ਮਾਂ ਨੇ ਤਾਂ ਕਦੀ ਮੇਰੇ ਦਾ ਸਤਿਕਾਰ ਕੀਤਾ ਨਹੀਂ ਸੀ ਕਿ ਜਾਂ ਉਹ ਤਾਂ ਗ੍ਰੰਥੀ ਨਹੀਂ ਸੀ ਹੈਗਾ ਇਹੋ ਜਿਹਾ ਜਦੋਂ ਉਹ ਕਹੇਗਾ ਜੀ ਇੱਕ ਲੜਕੇ ਨੂੰ ਆਪਣੇ ਮਾਪੇ ਦਾ ਸਤਿਕਾਰ ਸਾਸ ਸਹੁਰੇ ਦਾ ਸਤਿਕਾਰ ਕਰਨਾ ਚਾਹੀਦਾ ਤੋ ਆਪਣੇ ਬਾਪਰ ਨੂੰ ਵੇਖੂਗਾ ਜੇ ਉਹਦਾ ਬਾਪ ਆਪਣੇ ਉਹਦੇ ਨਾਨਕਾਂ ਦਾ ਸਤਿਕਾਰ ਨਾ ਕਰਦਾ ਹੋਏਗਾ ਉਥੇ ਪਿਆਰਿਓ ਜੋ ਸਿੱਖਿਆ ਪਰਿਵਾਰਾਂ ਚ ਮਿਲੀ ਹੈ ਨਾ ਹੁਣ ਉਹਦਾ ਇਗਜ਼ਾਮ ਹੈ ਅੱਧੇ ਪੌਣੇ ਘੰਟੇ ਚ ਕੋਈ ਕੈਪਸੂਲ ਥੋੜਾ ਵੀ ਘੋਲ ਕੇ ਅੰਦਰ ਪਾ ਦੇਣਾ ਕਿਸੇ ਨੇ ਇਹ ਕੋਈ ਮੈਡੀਸਨ ਹੈ ਵੀ ਕਿਸੇ ਕੰਪਨੀ ਨੇ ਤਿਆਰ ਕੀਤੀ ਕਿਸੇ ਫਰਮ ਨੇ ਤਿਆਰ ਕੀਤੀ ਤੇ ਇਹਦਾ ਤੁਸੀਂ ਦੇ ਦਿਓ ਬੰਦੇ ਨੂੰ ਜੀ ਬੰਦੇ ਨੂੰ ਸਿਖਾ ਦਿਓ ਤੁਸੀਂ ਇਸ ਕਰਕੇ ਪਿਆਰਿਓ ਇਥੇ ਗੱਲ ਕਲੀਅਰ ਕਰ ਦੁੱਤੀ ਕਿ ਪੂਜਾ ਆਪਣੇ ਆਪ ਹੋ ਰਹੀ ਹੈ ਜਿਵੇਂ ਬਾਹਰੋਂ ਮੂਰਤੀ ਨੂੰ ਪਾਣੀ ਨਾਲ ਧੋਤਾ ਜਾਂਦਾ ਹੈ ਤਾਨੂੰ ਪਾਣੀ ਨਾਲ ਸਾਫ਼ ਕੀਤਾ ਜਾਂਦਾ ਹੈ ਬਾਹਰ ਦੇਖ ਖਾਲੀਆਂ ਜੇ ਮਨ ਤੋਂ ਵੇ ਕੋਈ ਝੂਠ ਲਹਿ ਜਿਉ ਮਨ ਜੀ ਹੈ ਮੋਖ ਭਿਆਣਾ ਹੋਏ ਤੋਂ ਪਤਸ਼ਾ ਜੀ ਇਥੇ ਬੜੇ ਪਿਆਰ ਨਾਲ ਸਮਝਾਉਂਦੇ ਨੇ ਆਤਮਾ ਰਾਮ ਨਾ ਪੂਜਨੀ ਉਸ ਸਰਵ ਵਿਆਪਕ ਪਰਮਾਤਮਾ ਦੀ ਪੂਜਾ ਨਹੀਂ ਕਰਦਾ ਅਕਈ ਕਹਿੰਦੇ ਜੀ ਪੁਜਾਰੀ ਪੁਜਾਰੀ ਉਹ ਪਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੁਜਾਰੀ ਬਣਾਉਂਦੀ ਐ ਪਰ ਉਹ ਪੁਜਾਰੀ ਕਿਸੇ ਡੇਰੇ 'ਚ ਬਹਿਣ ਵਾਲੇ ਨੂੰ ਪੁਜਾਰੀ ਉਹ ਪੁਜਾਰੀ ਨਹੀਂ ਬਣਾਉਂਦੀ ਬਾਣੀ ਬਣ ਕੇ ਦੀ ਹਲ ਵਾਉਣ ਵਾਲਾ ਵੀ ਪੁਜਾਰੀ ਧਰਤੀ ਦੀ ਹਿੱਕ ਪਾੜ ਕੇ ਅਨਾਜ ਪੈਦਾ ਕਰਨ ਵਾਲਾ ਵੀ ਪੁਜਾਰੀ ਦੁਕਾਨ ਤੇ ਸੌਦਾ ਵੇਚਣ ਵਾਲਾ ਵੀ ਪੁਜਾਰੀ ਆਰਮੀ ਦੇ ਉੱਚੇ ਅਹੁਦੇ ਤੇ ਬੈਠਾ ਅਫਸਰ ਵੀ ਪੁਜਾਰੀ ਪੁਲਿਸ ਦਾ ਵੱਡਾ ਅਫਸਰ ਵੀ ਪੁਜਾਰੀ ਬਣ ਸਕਦਾ ਹੈ ਡਾਕਟਰ ਵੀ ਪੁਜਾਰੀ ਬਣ ਸਕਦਾ ਹੈ ਪਾਇਰਟ ਵੀ ਪੁਜਾਰੀ ਬਣ ਸਕਦਾ ਹੈ ਇੰਜੀਨੀਅਰ ਵੀ ਪੁਜਾਰੀ ਬਣ ਸਕਦਾ ਹੈ ਕੈਮਰਾਮੈਨ ਵੀ ਹੈ ਪੁਜਾਰੀ ਬਣ ਸਕਦਾ ਪੱਤਰਕਾਰ ਵੀ ਪੁਜਾਰੀ ਬਣ ਸਕਦਾ ਹੈ ਐਮਪੀ ਐਮਐਲਏ ਮੁੱਖ ਮੰਤਰੀ ਪੀਐਮ ਗਵਰਨਰ ਰਾਸ਼ਟਰਪਤੀ ਵੀ ਪੁਜਾਰੀ ਬਣ ਸਕਦਾ ਹੈ ਬਸ ਫਰਕ ਕੀ ਸੀ ਕਿਉਂ ਕਿ ਜੋ ਪੂਜਾ ਕਾਲ ਕੀ ਉਹਦੀ ਪੂਜਾ ਲਿਟਲੀਆਂ ਖੜਕਾਉਣ ਦੀ ਲੋੜ ਨਹੀਂ ਸਪੈਣੀ ਸਾਡੇ ਇਥੇ ਰਟਲਾਈ ਜੀ ਇਥੇ ਪੁਜਾਰੀ ਤਬਕਾ ਉਹ ਪਰਿਓ ਬਾਣੀ ਪੁਜਾਰੀ ਬਣਾਉਂਦੀ ਹੈ ਕਿਦਾਂ ਦਾ ਪੁਜਾਰੀ ਕਿਰਤ ਕਰਨ ਵਾਲਾ ਪੁਜਾਰੀ ਮਿਹਨਤ ਕਸ਼ ਪੁਜਾਰੀ ਹੁਣ ਭਗਤ ਰਵਿਦਾਸ ਜੀ ਭਗਤ ਨੇ ਨਾ ਉਹ ਕਿਹੜੀ ਪੂਜਾ ਕਰਦੇ ਪੜਾ ਵੇਖਿਓ ਮਾਰੇ ਉਹ ਧਿਆਨ ਉਹ ਪਸ਼ੂਆਂ ਦੀ ਖਾਲ ਵੀ ਉਤਾਰਦੇ ਆ ਹੱਡੀਆਂ ਵੀ ਵੇਚਦੇ ਆ ਪੈਸੇ ਮਿਲਦੇ ਤੇ ਪਰਿਵਾਰ ਦਾ ਗੁਜ਼ਾਰਾ ਵੀ ਕਰਦੇ ਪਰ ਇਥੇ ਨਵੀਂ ਪੁਜਾਰੀ ਦੀ ਰੱਟ ਲਾਉਣ ਵਾਲੇ ਆਪ ਸਭ ਤੋਂ ਵੱਡੇ ਪੁਜਾਰੀ ਆ ਪਹਿਰਾਵਾ ਅਜੇ ਤੱਕ ਪੁਜਾਰੀਆਂ ਵਾਲਾ ਅਜੇ ਤੱਕ ਪਹਿਰਾਵਾ ਉਹ ਪਾਇਆ ਹੋਇਆ ਜਿਹੜੇ ਪਹਿਰਾਵੇ ਨਾਲ ਲੋਕਾਂ ਨੂੰ ਠੱਗਿਆ ਜਾ ਸਕੇ ਲੋਕਾਂ ਨੂੰ ਖਿੱਚਿਆ ਜਾ ਸਕੇ ਆਪਣੇ ਵਾਲੇ ਪੰਨੇ ਇਥੇ ਪਾਸ਼ਾ ਜੀ ਨੇ ਕਲੀਅਰ ਕਰ ਦਿੱਤਾ ਆਤਮਾ ਰਾਮ ਨਾ ਪੂਜਨੀ ਠਾਕੁਰ ਕਾ ਸੇਵਕ ਪੜੋ ਸਾਰੇ ਕਰਨ ਜੀ ਬਈ ਠਾਕੁਰ ਕਾ ਸੇਵਕ ਸਦਾ ਪੁਜਾਰੀ ਸਦਾ ਹੀ ਪੁਜਾਰੀ ਆਓ ਖੇਤਾਂ 'ਚ ਕੰਮ ਕਰਦੇ ਆ ਵੀ ਪੁਜਾਰੀ ਉੱਚੇ ਅਹੁਦੇ ਤੇ ਬੈਠੇ ਆ ਵੀ ਪੁਜਾਰੀ ਸਕੂਲ 'ਚ ਪੜਾਉਂਦੇ ਆ ਵੀ ਪੁਜਾਰੀ ਤੇ ਪੜਦੇ ਆ ਵੀ ਪੁਜਾਰੀ ਘਰ 'ਚ ਪ੍ਰਸ਼ਾਦਾ ਪਕਾਉਂਦੇ ਆ ਵੀ ਪੁਜਾਰੀ ਤੇ ਖਾਂਦੇ ਆ ਵੀ ਪੁਜਾਰੀ ਹਾਂ ਉਹ ਪਖੰਡ ਹੈ ਜਿਹੜਾ ਧਾਰਮਿਕ ਸਥਾਨਾਂ ਤੇ ਬੈਠ ਕੇ ਤੇ ਲੁੱਟ ਕਰਾਈ ਜਾ ਰਹੀ ਹੈ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਕਈ ਵਾਰੀ ਐ ਵੀ ਭੁਲੇਖਾ ਪੈਂਦਾ ਦੂਜਿਆਂ ਦੀਆਂ ਅਰਦਾਸਾਂ ਮੰਨ ਮਤ ਲੱਗਦੀਆਂ ਤੇ ਆਪਣੀਆਂ ਅਰਦਾਸਾਂ ਗੁਰਮਤ ਲੱਗਦੀਆਂ ਆਪਣੀਆਂ ਅਰਦਾਸਾਂ ਗੁਰਮਤ ਲੱਗਣ ਲੱਗ ਪੈਂਦੀਆਂ ਆਪਣੀਆਂ ਦੇ ਅਰੋਗਤਾ ਦੀਆਂ ਅਰਦਾਸਾਂ ਗੁਰਮਤ ਲੱਗਣ ਲੱਗ ਪੈਂਦੀਆਂ ਤਾਂ ਖੈਰ ਆਤਮਾ RAM ਨਾ ਪੂਜਨੀ ਦੂਜੇ ਕਿਉਂ ਸੁਖ ਹੋਏ ਦੂਜੇ ਕਿਉਂ ਦਾ ਅਰਥ ਵਾ ਵੀ ਜੇ ਤੂੰ ਇੱਕ ਮਾਲਕ ਨੂੰ ਛੱਡ ਕੇ ਉਹ ਸੱਚ ਨੂੰ ਛੱਡ ਕੇ ਦੂਜੇ ਨਾਲ ਜੁੜੇਗਾ ਭਾਈ ਕਬੀਰ ਸੁਖ ਨਾ ਇਹ ਜੋਗ ਕਰੇ ਜੋ ਬਹੁਤ मीत ਜੋ ਚਿਤ ਰੱਖੇ ਕਿਸੇ ਉਹ ਤੇ ਸੁਖ ਪਾਵੇ ਨੀਤ ਇੱਕ ਇੱਕੋ ਹੈ ਭਾਈ ਇੱਕੋ ਹੈ ਸਾਈ ਮੇਰਾ ਇੱਕੋ ਹੈ ਹਉਮੈ ਅੰਤਰ ਮੈਲ ਹੈ ਹਉਮੈ ਵੀ ਅੰਦਰ ਮੈਲ ਆ ਸ਼ਬਦ ਨਾ ਕੱਢ ਐ ਤੋਏ ਸ਼ਬਦ ਨਾਲ ਕੱਢ ਕੇ ਬਾਹਰ ਛੁੱਟਿਆ ਨਹੀਂ ਇਸ ਮੈਲ ਨੂੰ ਪਿਆਰ ਜੋ ਬਾਣੀ ਦਾ ਵਾਕ ਹੈ ਮਨ ਮਹਿਲਾ ਸਭ ਕੁਛ ਮਹਿਲਾ ਜਦੋਂ ਮਨ ਮਹਿਲਾ ਹੁੰਦਾ ਨਾ ਤਾਂ ਸਭ ਕੁਝ ਹੀ ਮਹਿਲਾ ਹੋ ਜਾਂਦਾ ਮਨ ਮਹਿਲਾ ਸਭ ਕਿਛ ਮਹਿਲਾ ਤਨ ਧੋਤੇ ਮਨ ਅਚਾਣਾ ਹੋਏ ਹੁਣ ਤੁਹਾਨੂੰ ਬਾਹਰੋਂ ਤੋਂ ਨਾਲ ਮਨ ਕਿਦਾਂ ਸਾਫ ਹੋਜੂ ਹੁਣ ਪਤੀਲੇ 'ਚ ਤੁਸੀਂ ਸਬਜ਼ੀ ਬਣਾਈ ਹੈ ਮੁੜ ਕੇ ਦੁੱਧ ਗਰਮ ਕਰਨਾ ਬਾਹਰੋਂ ਜਿੰਨਾ ਮਰਜੀ ਧੋਈ ਜਾਓ ਪਰ ਅੰਦਰੋਂ ਧੋਗੇ ਤੇ ਅੰਦਰੋਂ ਸਾਫ ਹੋਏਗਾ ਨਾ ਦੁੱਧ ਤੇ ਅੰਦਰ ਪੈਣਾ ਹੈ ਬਾਹਰੋਂ ਤੇ ਮਾੜੀ ਮੋਟੀ ਕਾਲਖ ਰਹਿ ਵੀ ਜਾਵੇ ਨਾ ਸਰ ਜਾਂਦਾ ਅ ਜਦੋਂ ਆਪਾਂ ਵੇਖਿਆ ਨਾ ਘਰਾਂ 'ਚ ਕਈ ਵਾਰੀ ਪਤੀਲੇ ਨੂੰ ਮਾੜੀ ਮੂੜ ਕਾਲਖ ਲੱਗੀ ਰਹੇ ਜੇ ਆਪਾਂ ਕਹਿੰਦੇ ਕੋਈ ਗੱਲ ਨਹੀਂ ਦੁਬਾਰਾ ਫੇਰ ਹੀ ਚੁੱਲ੍ਹੇ 'ਤੇ ਚੜਨਾ ਹੈ ਨਾ ਪਰ ਅੰਦਰ ਨਾ ਰਹੇ ਜੇ ਮੜਾਜਾ ਕਣਕਾ ਸਬਜ਼ੀ ਦਾ ਉੱਥੇ ਕੋਈ ਕੰਪਰੋਮਾਈਜ਼ ਨਹੀਂ ਉੱਥੋਂ ਕੋਈ ਸਮਝੌਤਾ ਨਹੀਂ ਉੱਥੇ ਜੇ ਮੜਾਜਾ ਵੀ ਕਣਕਾ ਸਬਜ਼ੀ ਦਾ ਰਹਿ ਗਿਆ ਦੁੱਧ ਨੂੰ ਖਰਾਬ ਹੁੰਦੇ ਜਿਆਦੀ ਧੀਰ ਨਹੀਂ ਲੱਗਣੀ ਤਾਂ ਸਤਗੁਰੂ ਜੀ ਕੀ ਕਹਿੰਦੇ ਨੇ ਸੀ ਮਨ ਮੇਲੇ ਸਭ ਕੇਸ਼ ਮੇਲਾ ਤਨ ਤੋਤਾ ਮਨ ਅਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਜਗਤ ਇਸੇ ਭਰਮ ਜੀ ਪਿਆ ਪਿਆ ਕੀ ਭਰਮ ਜਪਿਆ ਵੀ ਸ਼ਾਇਦ ਤਨ ਨੂੰ ਧੋਤੇ ਮਨ ਸਾਫ ਹੋ ਜਾਣਾ ਇਹ ਭਰਮ ਹੀ ਹੈ ਨਾ ਇਸੇ ਭਰਮ ਨੇ ਸਰੋਵਰਾਂ ਦੇ ਵਿੱਚ ਸੰਗਲ ਲੱਗੇ ਆ ਬਨ ਬਨ ਕੇ ਲੋਕੀ ਚੁੱਭੀਆਂ ਮਰ ਜਾਂਦੇ ਵੀ ਸ਼ਾਇਦ ਇਸ਼ਨਾਨ ਕੀਤੇ ਗੱਲ ਵਜੋਂ ਨੇ ਡੇਰਿਆਂ 'ਚ ਵੀ ਆਪਣੇ ਸਰੋਵਰ ਬਣਾ ਧਰੇ ਵੀ ਸ਼ਾਇਦ ਇੱਥੇ ਗੱਲ ਬਣ ਜਾਣੀ ਇਹ ਪਰਮ ਜਗਤ ਭੁਲਾਇਆ ਵਿਰਲਾ ਬੁੱਝਿਆ ਕੋਈ ਵਿਰਲਾ ਹੀ ਇਸ ਗੱਲ ਨੂੰ ਬੁੱਝਦਾ ਕੋਈ ਵਿਰਲਾ ਵਿਰਲਾ ਕੌਣ ਹੈ ਜਿਹਨੂੰ ਸਮਝ ਆ ਗਈ ਉਪਰ ਸ਼ਬਦ ਦੁਆਰਾ ਆਪਣੇ ਅੰਦਰ ਇਸ ਮੇਲ ਨੂੰ ਬਾਹਰ ਕੱਢਦਾ ਜਪਮਨ ਮੇਰੇ ਏਕੋ ਨਾਮ ਮੇਰਿਆ ਮਨਾਂ ਇੱਕ ਨਾਮ ਜਪ ਭਾਵ ਇੱਕ ਸੱਚ ਨਾਲ ਜੁੜ ਅੰਦਰੋਂ ਬਾਹਰੋਂ ਇੱਕੋ ਜ। ਸਤਗੁਰ ਦੀਆ ਮੋ ਕੋ ਇਹ ਨਿਧਾਨ ਸਤਗੁਰ ਨੇ ਮੈਨੂੰ ਇੱਕ ਖਜ਼ਾਨਾ ਦੇ ਦਿੱਤਾ ਹੁਣ ਹੁਣ ਵੰਡੀ ਜਜ ਨਾ ਮਰਜੀ ਮੁਕੜਣੀ ਤੇਰੇ ਕੋਲ ਸਿੱਧਾਂ ਕੇ ਆਸਣ ਜੇ ਸਿੱਖ ਹੈ ਸਿੱਧਾਂ ਵਾਲੇ ਆਸਣ ਜਿਹੜੇ ਸਿੱਧ ਲੋਕ ਮਨ ਦੀ ਮੇਲ ਲਾਉਣ ਲਈ ਕਰਦੇ ਸੀ ਕਿੰਨੇ ਪਖੰਡ ਕਰਦੇ ਸੀ ਇੰਦਰੀ ਵਸ ਕਰ ਕਮਾਏ ਆਪਣੀਆਂ ਇੰਦਰੀਆਂ ਨੂੰ ਵਾਸ ਕਰਨ ਦੇ ਪੁੱਠੇ ਸਦੇ ਕਰਮ ਜਿਹੜੇ ਉਹ ਕਰਦੇ ਸੀ ਜਪ ਤਪ ਕਰਦੇ ਸੀ ਮਨ ਕੀ ਮੈਲ ਨ ਉਤਰੈ ਇਹਨਾਂ ਕਰਮਾਂ ਨਾਲ ਵੀ ਮਨ ਦੀ ਮੈਲ ਨਹੀਂ ਉਤਰਦੀ ਹਉਮੈ ਮੈਲਣਾ ਚਾਹੀਏ ਕਿਉਂਕਿ ਉਹ ਜਿੰਨੇ ਕਰਦੇ ਸੀ ਉਹਨੇ ਹਉਮੈ ਨਾਲ ਭਰ ਜਾਂਦੇ ਸੀ ਲੋਕਾਂ ਨਾਲੋਂ ਉੱਚੇ ਹੋ ਕੇ ਬਹਿਣਾ ਲੋਕਾਂ ਨਾਲੋਂ ਵੱਖਰੇ ਹੋ ਕੇ ਬਹਿਣਾ ਲੋਕਾਂ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਨਾਲ ਛਕਣਾ ਪਵਨ ਨੂੰ ਥੱਲੇ ਬਿਠਾਉਣਾ ਆਪ ਸੂਫੀਆਂ ਦੇ ਬਹਿਣਾ ਅੱਜ ਵੀ ਜੋਗੀ ਹੈਗੇ ਸਾਡੇ ਇਦਾਂ ਦੇ ਜਿਹੜੇ ਖਵਾਵਾ ਕਰਦੇ ਤੇ ਪਬਲਿਕ ਵਿੱਚ ਆ ਉਹਨਾਂ ਨੂੰ ਪਤਾ ਵਿੱਚ ਜੇ ਤੁਹਾਡੇ ਮੁਤਾਬਕ ਸਾਰੇ ਭਾਈ ਭਾਈ ਆ ਤੇ ਬਰਾਬਰ ਕਿਉਂ ਨਹੀਂ ਬਿੰਦੇ ਸਾਰਿਆਂ ਦੇ ਭਾਈ ਮੇਰਾ ਸਵਾਲ ਤੁਹਾਨੂੰ ਜੇ ਤੁਹਾਡੇ ਮੁਤਾਬਕ ਸਾਰੇ ਭਾਈ ਆ ਤੇ ਫਿਰ ਆਮ ਪਬਲਿਕ ਵਿੱਚ ਬਹਿ ਕੇ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ ਤੁਹਾਡਾ ਪਹਿਰਾਵਾ ਤੁਹਾਡਾ ਰਹਿਣ ਸਹਿਣ ਤੁਹਾਡਾ ਸਟੇਟਸ ਇਸ ਗੱਲ ਦਾ ਸਬੂਤ ਆ ਵੀ ਤੁਸੀਂ ਆਮ ਪਬਲਿਕ ਨਾਲੋਂ ਵੱਖਰਾ ਹੋ ਕੇ ਤੁਰਨਾ ਚਾਹੁੰਦੇ ਪਤਾ ਲੱਗੇ ਵੀ ਬਾਬਾ ਜੀ ਕੋ ਵਖਰੀ ਕਰਨੀ ਵਾਲੇ ਨੇ ਜੇ ਤੁਹਾਡੇ ਮੁਤਾਬਕ ਕਿਰਤੀ ਸਭ ਤੋਂ ਓਤੇ ਆ ਫਿਰ ਤੁਹਾਡੀ ਕਰਨੀ ਦੂਜੀ ਕਰਨ ਦਾ ਕੀ ਫਰਕ ਰਹਿ ਗਿਆ ਤੋ ਗੁਰੂ ਪਾਸ਼ਾ ਜੀ ਇੱਥੇ ਗੱਲ ਸਮਝਾਉਂਦੇ ਨੇ ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ ਇਸ ਮਨ ਕੋ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਇਸ ਮਨ ਨੂੰ ਹੋਰ ਕੋਈ ਤਰੀਕਾ ਹੈ ਹੀ ਨਹੀਂ ਆ ਵਿਣ ਸਤਗੁਰ ਕੀ ਸ਼ਰਣਾਏ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹੋਰ ਕੋਈ ਤਰੀਕਾ ਹੀ ਨਹੀਂ ਵੀ ਤੁਸੀਂ ਇਸ ਮਨ ਨੂੰ ਤੁਸੀਂ ਸਾਫ਼ ਕਰ ਸਕੋ। ਭੰਤ ਨਾਨਕ ਆਇਆ ਭੰਤ ਨਾਨਕ ਸਤਿਗੁਰ ਕੋ ਮਿਲਦੋ ਮਰੇ। ਜਦੋਂ ਸਤਿਗੁਰ ਨੂੰ ਇਹ ਮਨ ਮਿਲਦਾ ਨਾ ਤੇ ਬੁਰਾਈ ਵੱਲੋਂ ਮਰ ਜਾਂਦਾ ਏ। ਉਧਰੋਂ ਵਿయోగ ਹੋ ਗਿਆ ਤੇ ਸੰਜੋਗ ਹੋ ਗਿਆ। ਗੁਰ ਕੈ ਸ਼ਬਦ ਫਿਰ ਜੀਵੇ ਕੋਈ। ਗੁਰੂ ਦੇ ਸ਼ਬਦ ਦੁਆਰਾ ਫਿਰ ਨਵਾਂ ਜੀਵਨ ਮਿਲਦਾ। ਮਮਤਾ ਕੀ ਮਾਰ ਉਤਰੈ। ਏ ਮਨ ਅਛਾ ਹੋਏ ਮਮਤਾ ਦੀ ਮੈਲ ਉਤਰ ਜਾਂਦੀ ਹੈ ਮਮਤਾ ਉਹ ਮੈਲ ਉਤਰ ਗਈ ਇਹ ਮਨ ਅਛਾ ਹੋਏ ਮਨ ਸਾਫ ਹੋ ਗਿਆ ਬਾਸ਼ਾ ਕਹਿੰਦੇ ਹਉ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਧੋਏ ਸ਼ਬਦ ਦੁਆਰਾ ਅੰਦਰ ਦੀ ਮੈਲ ਨੂੰ ਬਾਹਰ ਕੱਢਿਆ ਨਹੀਂ ਕਹਿੰਦੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਨਾਨਕ ਬਿਨ ਨਾਮੈ ਮੈਲਿਆ ਮੁਏ ਬਿਨਾ ਨਾਮ ਤੋਂ ਮੈਲ ਨਹੀਂ ਭਰਿਆ ਪਿਆ ਸਾਰਾ ਜੀਵਨ ਜਨਮ ਪਦਾਰਥ ਹੋਏ ਇਹ ਜਿਹੜਾ ਅਮੋਲਕ ਜਨਮ ਸੀਦਾ ਪਦਾਰਥ ਸਬੇthੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮੈਨ ਪ੍ਰਾਪਤੇ ਜਿਸੇ ਲਿਖਿਆ ਹੋਵੇ ਮਤ ਜਿਹੜਾ ਜਨਮ ਪਦਾਰਥ ਸੀ ਨਾ 익ਹਾਰ ਕਰ ਲਿਆ ਮੈਲ ਨਾ ਪਰ ਕੇ ਭਗਤ ਕਬੀਰ ਜੀ ਦੇ ਸਲੋਕਾਂ ਦਾ ਪਾਠ ਕਰੀਏ ਭਗਤ ਕਬੀਰ ਜੀ ਦੇ ਪਾਵਨ ਸਲੋਕਾਂ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਬਹੁਤ ਪਿਆਰੇ ਤਰੀਕੇ ਨਾਲ ਭਗਤ ਕਬੀਰ ਜੀ ਸਮਝਾਉਂਦੇ ਨੇ ਭਗਤ ਕਬੀਰ ਜੀ ਨੇ ਬਹੁਤ ਪਿਆਰੇ ਬਚਨ ਦੇ ਕੇ ਸਾਨੂੰ ਉਪਦੇਸ਼ ਦਿੱਤਾ ਮਾਰਗਮੋਤੀ ਬਿਥਰੇ ਮਾਰਗਮੋਤੀ ਬਿਥਰੇ ਅੰਧਾ ਨਿਕਸਿਓ ਆਏ ਕਹ ਲਗੀ ਜਿੱਦਾਂ ਬੰਦਾ ਤੁਰਿਆ ਆਉਂਦਾ ਹੋਵੇ ਤੇ ਉਹਦੇ ਉਹਦੀ ਅੱਖਾਂ ਦੀ ਜੋਤ ਨਾ ਕੰਮ ਕਰਦੀ ਹੋਵੇ ਤੇ ਉਹਦੇ ਰਸਤੇ ਦੇ ਵਿੱਚ ਕੋਈ ਹੀਰੇ ਜਵਾਹਰਾਤ ਕੋਈ ਸੋਨੇ ਦਾ ਕੋਈ ਕੰਗਣ ਕੋ ਕੜਾ ਪਿਆ ਹੋਵੇ ਤੇ ਉਹ ਤੇ ਵਿਚਾਰਾ ਉਹਦੇ ਤੇ ਪੈਰ ਰੱਖ ਕੇ ਲੰਘ ਆਏਗਾ ਨਾ ਉਹਨੂੰ ਕੀ ਪਤਾ ਉਹ ਤੇ ਪੈਰ ਰੱਖ ਕੇ ਲੰਘੇਗਾ ਬੜੇ ਕੀਮਤੀ ਪਦਾਰਥਾਂ ਦੇ ਉੱਤੋਂ ਮੰਨ ਲਓ ਰਸਤੇ ਸੋਨੇ ਦਾ ਕੜਾ ਪਿਆ ਰਸਤੇ 'ਚ ਕੋਈ ਕੀਮਤੀ ਚੀਜ਼ ਪਈ ਹੈ ਤੁਰ ਨੇਤਰੀ ਇਹ ਬੰਦਾ ਉੱਤੇ ਪੈਰ ਰੱਖ ਕੇ ਲੰਘਾ ਲੋਕ ਕਹਿਣਗੇ ਭਲਿਆ ਉਹ ਕਹਿੰਦਾ ਮੈਨੂੰ ਕੀ ਪਤਾ ਮੈਂ ਤਾਂ ਭਾਈ ਮੈਨੂੰ ਦਿਸਦਾ ਨਹੀਂ ਸੀ ਮੈਂ ਤਾਂ ਉੱਤੇ ਪੈਰ ਰੱਖ ਕੇ ਲੰਘ ਆਇਆ ਬਿਲਕੁਲ ਇਦਾਂ ਹੀ ਮਨੁੱਖੀ ਜੀਵਨ ਚੇਂਜ ਹੋ ਰਿਹਾ ਹੈ ਕਿਤੇ ਮਾਰਗ ਮੋਤੀ ਬਿਥਰ ਹੈ ਜਿਸ ਬੰਦੇ ਕੋਲ ਸੱਚ ਦਾ ਗਿਆਨ ਹੈ ਨਾ ਸਮਝ ਲਓ ਉਸ ਰੱਬ ਦੇ ਰਸਤੇ ਤੇ ਤੁਰਿਆਂ ਬਹੁਤ ਸੋਹਣੇ ਕੀਮਤੀ ਦੀ ਹੀਰੇ ਜਵਾਰਾਤ ਰੱਬੀ ਗੁਣ ਮੋਤੀ ਪਏ ਹੋਏ ਆ ਪਰ ਅੰਦਾ ਨਿਕਸੇ ਹੋਏ ਇਹ ਨੇਤਰੀ ਇਹ ਬੰਦਾ ਸੱਚ ਤੋਂ ਸਖਣਾ ਬੰਦਾ ਅੰਦੇ ਨੇ ਆਖੀਆਂ ਜਨਮੁਖ ਨਾਹੀਂ ਅੰਤੇ ਸੇ ਨਾਨਕਾ ਖਸਮੋਂ ਕੋ ਤਜੇ ਜਿਹੜੇ ਖਸਮ ਤੋਂ ਕੁੱਥੇ ਹੋਏ ਆ ਸੱਚ ਤੋਂ ਵਿਰਵੇ ਬੰਦੇ ਆ ਸਖਣੇ ਬੰਦੇ ਆ ਉਹ ਇਨੇ ਸੋਨੇ ਕੀਮਤੀ ਹੀਰੇ ਜਵਾਰਾਤਾਂ ਉਤੇ ਪਿਆਰ ਰੱਖ ਕੇ ਰੱਬੀ ਰੱਬੀ ਗੁਣਾਂ ਨੂੰ ਮਸਲਦੇ ਆ ਰਹੇ ਆ ਪਿਆਰ ਰੱਖ ਕੇ ਅਗੇ ਤੁਰੇ ਆ ਰਹੇ ਜੋਤ ਬਿਨਾ ਕਿਹੜੀ ਜੋਤ ਰੱਬੀ ਸਮਝ ਤੋਂ ਬਿਨਾ ਸੱਚ ਦੇ ਗਿਆਨ ਤੋਂ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਜਗਤ ਉਲੰਘਦਾ ਜਾ ਰਿਹਾ ਭਾਈ ਜੇ ਚਾਹੁੰਦੇ ਆ ਨਾ ਜੀਵਨ ਖੂਬ ਸੂਰਤ ਹੋਏ ਤੇ ਅਸੀਂ ਆਪਣੇ ਅੰਦਰ ਉਹ ਉਹ ਨਿਗਾਹ ਲੈ ਕੇ ਆਈਏ ਜਿਹੜੀ ਗੁਰੂ ਕੋਲੋਂ ਮਿਲਦੀ ਹੈ ਗੁਰੂ ਸੱਜ ਸਾਨੂੰ ਰੌਸ਼ਨੀ ਦਿੰਦੇ ਆ ਨਹੀਂ ਤੇ ਬੜੀ ਪਿਆਰੀ ਗੱਲ ਸਤਿਗੁਰੇ ਹਮ ਅੰਧule ਅੰਧ ਬਿਖੇ ਬਿਖਰਾਤੇ ਅਸੀਂ ਅੰਨੇ ਆ ਆਨ ਬਿਖੇ ਬੇਖਰਾਤੇ ਬੇਖਨ ਰਤੇ ਕਿਉ ਚਾਲੇ ਗੁਰ ਚਾਲੀ ਕਿਵੇਂ ਗੁਰੂ ਦੀ ਚਾਲ ਦੇ ਨਾਲ ਚਾਲ ਲਾ ਕੇ ਤੁਰੀਏ ਹਾਂ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪੱਲੇ ਹਾਂ ਸਤਿਗੁਰ ਦਇਆ ਕਰੇ ਸਾਨੂੰ ਆਪਣੇ ਪੱਲੇ ਨਾ ਲਾਵੇ ਤੇ ਅਸੀਂ ਸ਼ਾਇਦ ਇਸ ਰਸਤੇ ਤੁਰ ਕੇ ਤੇ ਆਪਣੀ ਮੰਜ਼ਿਲ ਤੇ ਪਹੁੰਚ ਸਕੀਏ ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸਥਿਥੇ ਥੇ ਨਾਲ ਜਿਹੜੇ ਗੁਰੂ ਨੂੰ ਚੇਤਨੀ ਕਰਦੇ ਆਪਣੇ ਮਨ ਵਿੱਚ ਹੀ ਸਿਆਣੇ ਬਣ ਕੇ ਬੈਠੇ ਆ ਛੋਟੇ ਤੇਲ ਬੁਆੜ ਜਿਉਂ ਸੁਝੇ ਅੰਦਰ ਖੇਤ ਉਹ ਉਹ ਬੁਆੜ ਬੂਟਿਆਂ ਵਰਗੇ ਆ ਜਿਹੜੇ ਵਾਦੇ ਫੁੱਲਦੇ ਤੇ ਬਹੁਤ ਵਾ ਪਰ ਜਾਦੀ ਵਰਖਾ ਕਰਕੇ ਅਸਮਾਨੀ ਬਿਜਲੀ ਕਰਕਣ ਕਰਕੇ ਉਹਨਾਂ ਦੇ ਅੰਦਰ ਸਵਾਹ ਪਰ ਜਾਂਦੀ ਹੈ ਮਨਮੁਖ ਨਾਮ ਨਾ ਚੇਤਨੀ ਬਿਰਨਾਮ ਹੈ ਦੁੱਖ ਰੋਏ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਨਾਮ ਨੂੰ ਚੇਤੇ ਨਹੀਂ ਕਰਦਾ ਰੱਬੀ ਗੁਣਾਂ ਨੂੰ ਅੰਦਰ ਨਹੀਂ ਵਸਾਉਂਦਾ ਉਸ ਨੇਤਰਹੀਣ ਦੀ ਤਰ੍ਹਾਂ ਉਹ ਕੀਮਤੀ ਪਦਾਰਥਾਂ ਦੇ ਉੱਤੇ ਪੈਰ ਰੱਖ ਕੇ ਮੋਤੀਆਂ ਨੂੰ ਦਰਦਦਾ ਹੋਇਆ ਅੱਗੇ ਲੰਘਦਾ ਜਾ ਰਿਹਾ ਆਓ ਗੁਰੂ ਦੀ ਸੋਹਣੇ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਵਸਾਈਏ ਤੇ ਅਸੀਂ ਉਸ ਉਸ ਪੂਜਾ ਨਾਲ ਜੁੜੀਏ ਜਿਹੜੀ ਪੂਜਾ ਕਰਨ ਵਾਸਤੇ ਸਾਨੂੰ ਕੋ ਵੱਖਰਾ ਟਿਕਵਾਂਜ ਕਰਨ ਦੀ ਲੋੜ ਨਹੀਂ ਆਓ ਉਸ ਅਕਾਲ ਪੁਰਖ ਦੇ ਸੱਚੇ ਪੁਜਾਰੀ ਬਣੀਏ ਤੇ ਉਸ ਪੁਜਾਰੀ ਬਣਨ ਵਾਸਤੇ ਮਾਨਣਾ ਕਹੀਏ ਅਸੀਂ ਉਸ ਅਕਾਲ ਦੇ ਪੁਜਾਰੀ ਤੇ ਜੇ ਦੀ ਪੂਜਾ ਕਰ ਲਈ ਕੋਈ ਬਾਹਰਲਾ ਵਖਾਵਾ ਕਰਨ ਦੀ ਲੋੜ ਨਹੀਂ ਹੈ ਤੇ ਉਸ ਅਕਾਲ ਦੀ ਪੂਜਾ ਹਰ ਦੁਨੀਆ ਦਾ ਵਿਅਕਤੀ ਕਰ ਸਕਦਾ ਹੈ ਤੇ ਉਹ ਪੂਜਾ ਕਿਦਾਂ ਹੈ ਉਠ ਬੈਠ ਸੋਵਤ ਤੇ ਹੈ ਹੀ ਹੈ ਮਾਰਗ ਚਲਤ ਹਰੇ ਹਰ ਗਈਏ ਸਾਰਿਆਂ ਦਾ ਧੰਨਵਾਦ 20 ਨੰਬਰ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ 1414 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹੈ ਆਉ ਉਸ ਮਾਲਕ ਦੇ ਉਸ ਅਕਾਲਪੂ ਦੇ ਸੱਚੇ ਪੁਜਾਰੀ ਬਣੀਏ ਕਿੱਦਾਂ ਬਣਨਾ ਹੈ ਕਿਰਤ ਕਰ ਕਰਦੇ ਆ ਬਣਨਾ ਹੈ ਮਿਹਨਤ ਕਸ਼ ਪੁਜਾਰੀ ਬਣਨਾ ਹੈ ਆਪਾਂ ਵੇਲੜ ਪੁਜਾਰੀ ਨਹੀਂ ਬਣਨਾ ਵੀ ਦੂਜਿਆਂ ਦੇ ਡੇਰੇ ਮਾੜੇ ਤੇ ਮੇਰਾ ਡੇਰਾ ਚੰਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ